कोड मैटर आ अही भी जथेबंदी इन्हों की जिदा थाने अगे धरना लाया है उधर मैं जा खुद गया अगे कि आप जथेबंदियों टकरा होना वा इनू आप बैठ के हल कर दीए साड़ी उन्हें एक नहीं सुनी साढ़े तो हूँ जोड़े ये जो नजायज़ एलीगेशन ला रहे हैं कपड़े पाड़ियाँ के कपड़े पाड़ियाँ का कोई एक भी सबूत दे दें तो असी जवाब दे जान बुझ के इस सियासी रंगत दी जा रही है। ਮਜੀਠਾ ਦੇ ਪਿੰਡ ਜਲਾਲਪੁਰਾ ਵਿੱਚ ਦੋ ਧਿਰਾਂ ਦੇ ਜ਼ਮੀਨੀ ਝਗੜੇ ਵਿੱਚ ਦੋ ਕਿਸਾਨ ਜਥੇਬੰਦੀਆਂ ਹੋਈਆਂ ਆਮੋ ਸਾਹਮਣੇ। ਜੀ ਹਾਂ, ਹਲਕਾ ਮਜੀਠਾ ਦੇ ਪਿੰਡ ਜਲਾਲਪੁਰਾ ਵਿੱਚ ਇੱਕੋ ਪਿੰਡ ਦੀਆਂ ਦੋ ਧਿਰਾਂ ਵਿੱਚ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਕਿ ਬੀਤੇ ਦਿਨ ਇੱਕ ਧਿਰ ਦਾ ਸਾਥ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗੜਾਹਾ ਜਥੇਬੰਦੀ ਦੇ ਕੁਝ ਮੈਂਬਰਾਂ ਵੱਲੋਂ ਦੂਜੀ ਧਿਰ ਵੱਲੋਂ ਡੱਕੀ ਹੋਈ ਕਣਕ ਵਢਾ ਦਿੱਤੀ ਗਈ। ਪਰ ਉੱਧਰ ਅੱਜ ਦੂਜੀ ਧਿਰ ਦਾ ਸਾਥ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਤਹਿਸੀਲ ਕੰਪਲੈਕਸ ਮਜੀਠਾ ਵਿੱਚ SDM ਮਜੀਠਾ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪਲਵਿੰਦਰ ਸਿੰਘ ਜੇਠੂ ਨੰਗਲ ਨੇ SDM ਮਜੀਠਾ ਦੇ ਖਿਲਾਫ ਬੋਲਦਿਆਂ ਕਿਹਾ ਕਿ ਉਕਤ ਜ਼ਮੀਨ ਦੇ ਮਸਲੇ ਵਿੱਚ ਉਹ SDM ਮਜੀਠਾ ਕੋਲ ਆਏ ਸਨ ਤਾਂ SDM ਸਾਹਿਬ ਨੇ ਉਨ੍ਹਾਂ ਨੂੰ ਆਪਣੇ ਦਫ਼ਤਰ ਬਿਠਾ ਕੇ ਵਿਸ਼ਵਾਸ ਦਵਾਇਆ ਸੀ ਕਿ ਜ਼ਮੀਨ ਤੇ ਧਾਰਾ 145 ਲੱਗੀ ਹੋਈ ਹੈ ਅਤੇ ਕਿਸੇ ਨੂੰ ਵੀ ਫਸਲ ਨਹੀਂ ਕੱਟਣ ਦਿੱਤੀ ਜਾਵੇਗੀ। ਪਰ ਦੂਸਰੇ ਧਿਰ ਨੂੰ ਪ੍ਰਸ਼ਾਸਨ ਨੇ ਕਣਕ ਕਟਵਾ ਦਿੱਤੀ ਹੈ ਅਤੇ ਇਸ ਮਸਲੇ ਵਿੱਚ ਇੱਕ ਬਜ਼ੁਰਗ ਔਰਤ ਦੀ ਹੋਈ ਕੁੱਟਮਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕਿਰਤੀ ਕਿਸਾਨ ਪੰਜਾਬ ਦਾ ਪ੍ਰਧਾਨ ਮਜੀਠਾ ਸਰਕਲ ਤੋਂ ਪਲਵਿੰਦਰ ਸਿੰਘ ਜੇਠੂ ਨੰਗਲ। ਮਸਲਾ ਕੁਛ ਵੀ ਨਹੀਂ ਜੀ, ਮਸਲਾ ਜਿਹੜਾ ਵਾ ਕੋਰਟ ਦੇ ਵਿੱਚ ਮੈਟਰ ਚੱਲਣ ਡਿਆ, ਇਹਦਾ ਕੋਰਟ ਮੈਟਰ ਆ। ਅਸੀਂ ਵੀ ਜਥੇਬੰਦੀ ਇਹਨਾਂ ਦੀ ਜਿੱਦਾਂ ਥਾਣੇ ਅੱਗੇ ਧਰਨਾ ਲਾਇਆ ਹੈ ਉਧਰ ਮੈਂ ਜਾ ਖੁਦ ਗਿਆ ਨਾਗੇ ਕਿ ਆਪਾਂ ਜਥੇਬੰਦੀਆਂ ਟਕਰਾਅ ਹੋਣਾ ਵਾ ਇਹਨੂੰ ਆਪਾਂ ਬੈਠ ਕੇ ਹੱਲ ਕਰ ਦਈਏ, ਸਾਡੀ ਉਹਨੇ ਇੱਕ ਨਹੀਂ ਸੁਣੀ। ਫਿਰ ਤਿੰਨ ਫੈਸਲੇ ਇਹ ਆ, ਤਿੰਨਾਂ ਫੈਸਲਿਆਂ ਦੇ ਉੱਤੇ ਉਹ ਨਹੀਂ ਰਹੇ। ਚੌਥਾ ਬਾਅਦ ਦੇ ਵਿੱਚ ਕੱਲ੍ਹ ਜਦੋਂ SDM ਸਾਹਿਬ ਨੇ ਇੱਥੇ ਸਾਨੂੰ ਸੱਦਿਆ ਵਾ, ਅਸੀਂ ਆਪਣੇ ਜਲਾਲਪੁਰੇ ਗਏ, SDM ਸਾਹਿਬ ਨੇ ਸੱਦ ਲਿਆ ਕਿ ਤਰੋ ਆਓ ਤੁਹਾਨੂੰ ਬਹਾ ਕੇ ਦੋਵਾਂ ਤਰਾਂ ਨੂੰ ਤਾਂ ਰਾਜ਼ੀਨਾਮਾ ਕਰਾ ਦਈਏ। ਸਾਨੂੰ SDM ਸਾਹਿਬ ਨੇ ਇੱਥੇ ਬਹਾ ਛੱਡਿਆ ਵਾ ਅਤੇ ਬਾਅਦ ਦੇ ਵਿੱਚ ਇੱਥੋਂ ਜਾਣ ਤੋਂ ਬਾਅਦ 145 ਲੱਗੀ ਹੋਈ ਹੈ ਜੋ ਜ਼ਮੀਨ ਦੇ ਉੱਤੇ, 145 ਦੇ ਆਰਡਰ ਸਾਡੇ ਕੋਲ ਪਏ ਆ। 145 ਲੱਗਣ ਦੇ ਬਾਅਦ ਇੱਥੋਂ ਜਾ ਕੇ ਉਹਨਾਂ ਕਣਕ ਵਢਾ ਦਿੱਤੀ ਹੈ। ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਕਿ ਕੋਰਟ ਮੈਟਰ ਆ, ਜਿਹਨੂੰ ਮਰਜ਼ੀ ਪੈਲੀ ਦੇ ਦੇ, ਸਾਨੂੰ ਕੋਈ ਇਤਰਾਜ਼ ਨਹੀਂ। ਜੱਜ ਦੇ ਬਹਿਸ ਕਰਕੇ ਜੋ ਵੀ ਬਹਿਸ ਚੱਲੇ ਕੋਰਟ ਫੈਸਲਾ ਸੁਣਾ ਦੇ, ਉਹਦਾ ਸਾਨੂੰ ਕੋਈ ਮਤਲਬ ਨਹੀਂ। ਜੋ 145 ਲੱਗਣ ਦੇ ਹੋਣ ਦੇ ਬਾਵਜੂਦ ਵੀ ਕੱਲ੍ਹ ਕਣਕ ਵੱਢੀ ਗਈ ਆ, ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਜੋ ਇੱਕ ਮਾਤਾ ਸਾਡੀ ਦੇ ਬਜ਼ੁਰਗ ਦੇ ਵਿੱਚ ਉਹਨੂੰ ਖਿੱਚਾ ਧੋਈ ਕਰਕੇ ਉਹਦੇ ਕੱਪੜੇ ਪਾੜੇ ਗਏ ਆ, ਸਭ ਕੀਤਾ ਗਿਆ, ਉਹਦੇ ਜਿਹੜੇ ਕੱਪੜੇ ਦੇ ਉੱਤੇ ਜੋ ਧਾਰਾ ਲੱਗਦੀ ਉਹ ਲਾਈ ਜਾਵੇ, ਦੂਸਰਾ ਜੋ ਮਸ਼ੀਨ ਕੰਪੈਨ ਉੱਥੇ ਲੱਗੀ ਆ, ਟਰੈਕਟਰ ਉੱਥੇ ਲੱਗਾ, ਉਹਨਾਂ ਨੂੰ ਲਿਆ ਕੇ ਉਹਨਾਂ ਉੱਤੇ ਕਾਰਵਾਈ ਕਰਕੇ ਪਰਚਾ ਕੀਤਾ ਜਾਵੇ। ਸਵਾਸਨ ਇਹ ਆ ਵੀ ਪ੍ਰਸ਼ਾਸਨ, ਤਹਿਸੀਲਦਾਰ ਸਾਹਿਬ ਆਏ ਸੀ, ਹੁਣ DSP ਸਾਹਿਬ ਆਏ ਸੀ, ਇਹਨਾਂ ਸਾਰਿਆਂ ਨੇ ਸਾਡੇ ਕੋਲ ਲਿਆ ਵਾ 2 ਦਿਨ ਦਾ ਟਾਈਮ ਕਿ 2 ਦਿਨ ਛੁੱਟੀਆਂ ਵਾ ਮੰਡੇ ਦਾ ਕਰਕੇ, ਮੰਗਲਵਾਰ ਨੂੰ ਤੁਹਾਨੂੰ ਅਸੀਂ ਜਿਹੜਾ ਇਹਦਾ ਪੂਰਾ ਸੱਚਾਈ ਜੋ ਤੁਹਾਡੇ ਸਾਹਮਣੇ ਕਰਾਂਗੇ, ਔਰ ਜਿਹੜੀ ਇਹਨਾਂ ਦੇ ਬੀਬੀ ਦੇ ਹੈਗੇ ਆ ਉਹਨਾਂ ਦੇ ਬਿਆਨ ਦੇ ਕੇ ਉਹਨਾਂ ਦੇ ਪਰਚਾ ਹੀ ਕੱਢ ਦਿੰਦੇ। ਕਿਉਂਕਿ ਪ੍ਰਧਾਨ ਜੀ ਜਿਹੜੀ ਦੂਜੇ ਬੰਨੇ ਆ ਉਹ ਵੀ ਤੁਹਾਡੀ ਇੱਕ ਕਿਸਾਨ ਯੂਨੀਅਨ ਆ, ਇਕੱਠੇ ਤੁਸੀਂ ਚੱਲਦੇ ਜੇ ਮੰਨ ਲਓ ਤੁਹਾਡਾ ਸੋਮਵਾਰ ਜਾਂ ਮੰਗਲਵਾਰ ਤੱਕ ਜਿਹੜਾ ਮਸਲਾ ਹੱਲ ਨਹੀਂ ਹੁੰਦਾ, ਅਗਲਾ ਐਕਸ਼ਨ ਕੀ ਤੁਹਾਡਾ? ਅਗਲਾ ਐਕਸ਼ਨ ਜੀ ਇਹ ਤੋਂ ਵੀ ਵੱਡਾ ਹੋਊਗਾ। ਅੱਜ ਤੇ ਅਸੀਂ ਧਰਨਾ ਚੁੱਕਤਾ, ਫਿਰ ਇਹਤੋਂ ਜਾ ਕੇ ਅਸੀਂ ਚਾਹੇ GT ਰੋਡ ਜਾਮ ਕਰਾਂਗੇ, DC ਸਾਹਿਬ ਦੇ ਸਾਨੂੰ ਪੱਕਾ ਮੋਰਚਾ ਲਾ ਕੇ ਬਹਿਣਾ ਪਊਗਾ, ਇਸ ਪਰਿਵਾਰ ਨੂੰ ਇਨਸਾਫ ਦਵਾ ਕੇ ਅਸੀਂ ਪਿੱਛੇ ਹਟਾਂਗੇ। ਉਧਰ ਇਸ ਸੰਬੰਧੀ ਜਦੋਂ ਨਾਇਬ ਤਹਿਸੀਲਦਾਰ ਮਜੀਠਾ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਧਰਨਾ 145 ਦੇ ਬਾਵਜੂਦ ਇੱਕ ਧਿਰ ਵੱਲੋਂ ਕਣਕ ਵੱਡੇ ਜਾਣ ਕਰਕੇ ਦੂਜੀ ਧਿਰ ਵੱਲੋਂ ਲਗਾਇਆ ਗਿਆ ਹੈ। ਇਸ ਜ਼ਮੀਨ ਦਾ ਕੋਰਟ ਕੇਸ ਚੱਲ ਰਿਹਾ ਹੈ ਅਤੇ ਅੱਜ DSP ਮਜੀਠਾ ਵੱਲੋਂ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਵਾ ਕੇ ਧਰਨਾ ਚੁਕਾਇਆ ਗਿਆ ਹੈ। ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਧਰਨਾ ਇਹਨਾਂ ਨੇ ਕੱਲ੍ਹ ਦਾ ਕਿਸਾਨ ਕਿਰਤੀ ਕਿਸਾਨ ਯੂਨੀਅਨ ਵੱਲੋਂ ਲਾਇਆ ਗਿਆ ਉਹ ਇਹੀ ਆ ਵੀ 145 ਦੇ ਦੌਰਾਨ ਜਿਹੜਾ ਉਹ ਕਣਕ ਵੱਢੀ ਗਈ ਆ, ਉਹਦੇ ਸੰਬੰਧ 'ਚ ਜਿਹੜੀ ਉਹ ਅਸੀਂ ਰਿਸੀਵਰ ਕੋਲੋਂ ਰਿਪੋਰਟ ਲਈ ਹੈ ਅਤੇ ਹੋਰ ਵੀ ਲੈ ਰਹੇ ਹਾਂ। ਦੂਜੀ ਗੱਲ, ਜੋ ਵੀ ਇਹਨਾਂ ਦੀਆਂ ਮੰਗਾਂ ਡਿਮਾਂਡ ਸੀਗੀ, ਇਹਨਾਂ ਨੇ ਐਪਲੀਕੇਸ਼ਨ ਸਾਨੂੰ ਕੱਲ੍ਹ ਦਿੱਤੀ ਸੀਗੀ, ਉਹ ਅਸੀਂ ਜਿਹੜੀ ਆ ਕਾਨੂੰਨੀ ਕਾਰਵਾਈ ਦੀ, ਨਿਯਮ ਅਨੁਸਾਰ ਕਾਰਵਾਈ ਦੀ SDM ਸਾਹਿਬ ਵੱਲੋਂ ਜਿਹੜੀ ਆ ਉਹ SDM ਸਾਹਿਬ ਇਹਨਾਂ ਨੂੰ SHO ਸਾਹਿਬਾਨ ਨੂੰ ਜਿਹੜੀ ਉਹ ਭੇਜ ਦਿੱਤੀ ਗਈ ਆ, ਉਹ ਇਹਨਾਂ ਨੇ ਹੁਣ ਪੁਲਿਸ ਨੇ ਵੈਰੀਫਾਈ ਕਰਨਾ ਜੋ ਵੀ ਮੌਕੇ ਦੇ ਹਾਲਾਤ ਆ ਉਹਨਾਂ ਨੂੰ ਵੈਰੀਫਾਈ ਕਰਕੇ ਜੋ ਵੀ ਕਾਰਵਾਈ ਉਹ SHO ਸਾਹਿਬ ਵੱਲੋਂ ਕੀਤੀ ਜਾਣੀ ਹੈ। ਇਹੋ ਜੀ, ਇਹ ਮਾਮਲਾ ਇਹਨਾਂ ਦਾ ਦੋਨਾਂ ਧਿਰਾਂ ਦਾ ਸਿਵਲ ਕੋਰਟ ਦੇ ਵਿੱਚ ਪੈਂਡਿੰਗ ਆ, ਮਾਨਯੋਗ ਸਿਵਲ ਕੋਰਟ ਵੱਲੋਂ ਜਿਹੜਾ ਉਹਦੇ ਵਿੱਚ ਸਟੇਅ ਜਾਰੀ ਕੀਤਾ ਗਿਆ, ਜਿੰਨਾ ਚਿਰ ਉੱਥੋਂ ਕੋਈ ਫੈਸਲਾ ਨਹੀਂ ਹੋ ਜਾਂਦਾ ਉਹਦੇ ਵਿੱਚ ਉਨ੍ਹਾਂ ਚਿਰ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ। ਤੇ ਸਰ, ਜਿਹੜਾ ਇਸ ਤੋਂ ਪਹਿਲਾਂ ਇੱਕ ਜਿਹੜਾ ਦੂਜੀ ਜਿਹੜੀ ਕਿਸਾਨ ਯੂਨੀਅਨ ਆ ਉਹਦੇ ਵੱਲੋਂ ਇੱਕ ਧਰਨਾ ਲਗਾਇਆ ਗਿਆ ਜਦੋਂ ਕਿ ਇਹ ਕਣਕ ਜੇ ਵੱਡੀ ਨਹੀਂ ਗਈ, ਉਹ ਜਿਹੜਾ ਧਰਨਾ ਸੀ ਉਹ ਕਿਸ ਆਸ਼ਵਾਸਨ ਦੇ ਉੱਤੇ ਜਿਹੜਾ ਚੁੱਕਿਆ ਗਿਆ ਸੀ ਥਾਣੇ ਦੇ, ਉਹਨਾਂ ਨੇ ਵੀ ਥਾਣੇ ਵੀ ਧਰਨਾ ਲਾਇਆ? ਉਹੀ ਇਹੀ ਆਸ਼ਵਾਸਨ ਵੀ ਜੋ ਆਪਣਾ ਕੋਰਟ ਫੈਸਲਾ ਕਰੇਗੀ ਉਹ ਉਹੀ ਉਹਨਾਂ ਨੂੰ ਮਨਜ਼ੂਰ ਹੋਏਗਾ। ਦੂਜੀ ਗੱਲ, ਉਹਨਾਂ ਨੇ ਕਿਹਾ ਸੀ ਕਣਕ ਇਹਨੇ ਬੀਜੀ ਆ, ਉਹਦੇ ਸੰਬੰਧ 'ਚ ਜਿਹੜਾ ਉਹ ਇਸ ਕਿਸੇ ਵੱਲੋਂ ਜਿਹੜਾ ਉਹ ਪਟਵਾਰੀ ਕੋਲੋਂ ਅਸੀਂ ਰਿਪੋਰਟ ਲਈ ਸੀਗੀ, ਪਟਵਾਰੀ ਦੀ ਰਿਪੋਰਟ ਮੁਤਾਬਕ ਉਹ ਅਸੀਂ SHO ਸਾਹਿਬ ਨੇ ਜੋ ਇਹਨਾਂ ਨੇ ਮੰਗੀ ਸੀ ਰਿਪੋਰਟ ਅਸੀਂ ਇਹਨਾਂ ਨੂੰ ਭੇਜ ਦਿੱਤੀ।
उस किसी कोई जो असी साढ़े वालों किसी कोई जरा कोई हदायत नहीं की गई सी कोई किसी कोई काम करने वास्ते कोर्ट दोनों तरह कोर्ट च गई हुई हैं जी जे किसी ने अग्गे की कोर्ट के खिलाफ कंटेंप्ट फाइल कर सकता हूँ डिप्टी साहब वालों उन्होंने यही आश्वासन दवाया गया भी जी भी जो कार्रवाई कल कहें हुई है वो जो वेरीफाई करनी एक दो दिन का टाइम चाहिए वो उन्होंने टाइम लिया हुआ वो वेरीफाई करेंगे जो कार्रवाई होगी। दस दईए कि एक किसान जथेबंदी वालों एक धिर के हक विच मजीठा तहसील कॉम्पलैक्स विच धरना लगाया गया अते इसे ही मामले विच दूजी धिर के हक विच दूसरी किसान जथेबंदी वालों टोल प्लाजा कथू नंगल विखे धरना लगाया गया। मैं जगप्रीत सिंह कोटला गुजरां किरती किसान यूनियन यूथ विंग दा जनरल सकत्तर। की मामला जी अज दा? अज दा मामला जो पिछले दिनों तो मामला जिहड़ा लमकदा आ रहा क्यों जान बुझ के जो चंदन दी बेटा वा ये हक के स्टे भी आ स्टे बकायदा लिखा गया कि गुरपाल सिंह जिहड़ा मालिक आ कणक बीज जी आढ़ सकता गुरपाल सिंह की डैथ हो चुकी आ हुण उहदा अगां बेटा चंदनदीप आ स्टे बकायदा लिखा कि चंदनदीप जिहड़ा कणक आ अधिकार है वह हक आ वढ़ सकता सो अज अं कणक वढ़न गए कणक वढ़ भी लई उत्थे किसे तरह की हुल्लड़बाजी नहीं हुई तीन चार उन्हां दीआं बीबियां आईआं साडे वल्लों वी इक भारतीय किसान यूनियन एकता ग्राहां जथेबंदी दे बंदे बद्दी दे जिहड़े भैण जी पलविंदर कौर गोसल सी उन्होंने ही सारा मतलब उन्होंने डकिया बड़े मान सत्कार नाल कोई गलबात नहीं हुई हथोपाई कोई नहीं हुई बाकी साढ़े नौजवान सारे जिन्हें बजुर्ग सारे पिछाँ से कोई पुलिस प्रोटैक्शन नहीं सानू मिली जी बकायदा जिहड़े आर्डर होए से भी कणक वढ़न दे पुलिस नू चाहीदा सी डी एस पी नू मैं खुद कहा भी सानू पुलिस प्रोटैक्शन जिहड़ी है दित्ती जाए एस एच ओ नू कहा पर उन्होंने कोई पुलिस प्रोटैक्शन नहीं दित्ती उहदे बावजूद भी साढ़े तो हुण जिहड़े ये जो नजायज़ एलीगेशन ला रहे ने कपड़े पाड़ियां दा कोई एक भी सबूत दे देण ते असीं जवाब दे आ ये जानबुझ के इस नूं सियासी रंगत दित्ती जा रही आ जो कि एक किसान जथेबंदियां तीन किसान चार किसान जथेबंदियां साडियां जिहड़ियां लड़ रही संघर्ष नूं भारतीय किसान यूनियन एकता ग्राहां किरती किसान यूनियन आल इंडिया किसान मजदूर सभा और भारतीय किसान यूनियन राज्य आल वेखो जी अगे तो भी चंदनदीप सिंह दे बिल्कुल नाल असीं खड़े हाँ चट्टानवां खड़े हाँ खड़े रहांगे जमीन इहदी आ इहदी ही दबा के जमीन इहनूं इहीं दबा के ही रहांगे असीं पछाँह नहीं हटांगे जिहड़े इस हल्के मजीठे हल्के सियासी लीडरां दा दबदबा अकाली खौ जिहड़े अखौती अकाली लीडर आ असीं इहनां दा पूरा जिहड़ा विरोध करांगे असीं इहनां तों डरन वाले नहीं आ पछाँह हटण वाले नहीं हैगे। मजीठा तों प्रीतम सिंह अते गुरजिंदर सग्गू।